ਅੰਬ ਨੂੰ ਫਲਾਂ ਦਾ ਸਰਦਾਰ ਕਿਹਾ ਜਾਂਦਾ ਹੈ, ਪਰ ਅੰਬਾਂ ਦਾ ਸਰਦਾਰ ਮਹਿੰਦਰ ਸਿੰਘ ਰੰਧਾਵਾ ਨੂੰ ਕਿਹਾ ਜਾਂਦਾ ਹੈ, ਕਿਉਂਕਿ ਅੰਬ ਨੂੰ ਪਾਲਣ ਦੀ ਦੇਣ ਬਹੁਤ ਵੱਡੀ ਹੈ, ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ। ਅਤੇ ਉਹਨਾਂ ਦੀ ਯਾਦ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਅੰਬ ਚੂਪ ਮੇਲਾ ਕਰਵਾਇਆ ਗਿਆ। ਕਈ ਮੌਜੂਜ਼ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ। ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਆਪ ਪਹੁੰਚੇ ਨੇ, ਬਲਜੀਤ ਸਿੰਘ ਬੱਲੀ ਨੇ, ਸੀਨੀਅਰ ਪੱਤਰਕਾਰ ਚੀਮਾ ਸਾਹਿਬ ਨੇ, ਭਲਵਾਨ ਕਰਤਾਰ ਸਿੰਘ ਨੇ। ਸਾਰਿਆਂ ਨਾਲ ਗੱਲਬਾਤ ਕਰਦੇ ਹਾਂ। ਅਰਜੁਨ ਅਵਾਰਡੀ ਚੀਮਾ ਸਾਹਿਬ ਵੀ ਹੈਗੇ ਆ, ਗੱਲਬਾਤ ਕਰਦੇ ਹਾਂ, ਕਿਉਂਕਿ ਇਸ ਮੌਕੇ ਅੰਬ ਦਾ ਮਹੱਤਵ ਦੱਸਿਆ ਗਿਆ, ਯਾਦ ਕੀਤਾ ਗਿਆ ਮਹਿੰਦਰ ਸਿੰਘ ਰੰਧਾਵਾ ਹੋਣਾ ਨੂੰ, ਉਹਨਾਂ ਦੀ ਯਾਦ ਵਿੱਚ ਇਹ ਮੇਲਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਹਰਪ੍ਰੀਤ ਸੰਧੂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਬੂਟੇ ਵੀ ਇਸ ਸਮੇਂ ਵੰਡੇ ਗਏ ਆ, ਅਤੇ ਇਹਨਾਂ ਨੇ ਬੜੇ ਦਿਨਾਂ ਤੋਂ ਮੁਹਿੰਮ ਸ਼ੁਰੂ ਕੀਤੀ ਹੈ। ਸਰ, ਅੱਜ ਦੇ ਦਿਨ ਦੇ ਉੱਪਰ ਖਾਸ ਦੇਣਾ ਕੀ ਕਹਿਣਾ ਚਾਹੂੰਗੇ? ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਬਈ ਅੱਜ ਅਸੀਂ ਸਾਰੇ ਹੀ ਕਾਲਾ ਬਾਗ ਵਿੱਚ ਇੱਥੇ ਹੁਸ਼ਿਆਰਪੁਰ ਇਕੱਠੇ ਹੋਏ ਹਾਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਨਾਲ ਜੋ ਮਹਿਮ 550 ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਇਸ ਸਾਲ ਨਵੰਬਰ ਦੇ ਵਿੱਚ ਬੇਰ ਸਾਹਿਬ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਣਾ ਹੈ, ਉਸ ਕਾਰਜ ਨੂੰ ਅੱਜ ਸਾਡੇ ਪੰਜਾਬੀ ਸੂਬੇ, ਪੰਜਾਬ ਦੇ ਸਟੇਟ ਦੇ ਵਿੱਚ ਨਹੀਂ, ਅਰਾਊਂਡ ਦਾ ਵਰਲਡ ਸਾਰੇ ਹੀ ਬੜੀ ਇੱਕ ਇੰਥੂਜ਼ਿਆਜ਼ਮ ਨਾਲ, ਇੱਕ ਬਹੁਤ ਹੀ ਪਾਇਸ ਔਰ ਰੀਝ ਸਤਿਕਾਰਯੋਗ ਕਾਰਜ ਕਰ ਰਹੇ ਨੇ। ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਪ੍ਰੇਰਣਾ ਲਈ ਵੀ ਆਹ ਜਿਹੜਾ ਆਪਣਾ ਮਹੀਨਾ ਹੈਗਾ ਇਹਦੇ ਵਿੱਚ ਅਸੀਂ ਪਿੱਪਲ ਦੇ, ਬੋਹੜ ਦੇ, ਨੀਮ ਦੇ, ਜਿਸ ਤਰ੍ਹਾਂ ਕਿ ਵੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰੀਚਿੰਗਸ 'ਚੋਂ ਅੰਕਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਸੇ 'ਚੋਂ ਪਾਣੀ ਏਅਰ ਦੇ ਰਿਲੇਟਡ ਜੋ ਉਹਨਾਂ ਨੇ ਇੱਕ ਸੰਦੇਸ਼ਕ ਪ੍ਰੀਚਿੰਗਸ ਆਪਣੀਆਂ ਦਿੱਤੀਆਂ, ਹੁਣ ਤੱਕ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਦੀ ਰਹਿਮ ਨਾਲ ਇੱਕ ਚੰਗੇ ਮਾਰਗ 'ਤੇ ਸਾਰੇ ਲੱਗ ਕੇ ਪੰਜਾਬ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੁਛ ਜਿਹੜੀਆਂ ਆਪਣੀਆਂ ਰੂਰਲ ਇੰਸਟੀਟਿਊਸ਼ਨਸ ਨੇ ਐਜੂਕੇਸ਼ਨ ਦੇ ਵਿੱਚ, ਉੱਥੇ ਬੂਟਿਆਂ ਨੂੰ ਲਗਾਇਆ ਗਿਆ, ਔਰ ਖਾਸ ਕਰ ਕੁਛ ਔਰਨਾਮੈਂਟਲ ਪਲਾਂਟਸ ਜਿਹੜੇ ਸਜਾਵਟੀ ਬੂਟੇ ਨੇ ਉਹ ਸਟੂਡੈਂਟਸ ਨੂੰ, ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਔਰ ਕਈ ਹੋਰ ਵਰਗ ਦੇ ਯੂਨੋ ਕਮਿਊਨਿਟੀ ਦੇ ਵਿੱਚ ਦਿੱਤੇ ਨੇ ਕਿ ਵੀ ਉਹ ਇੱਕ ਬੂਟੇ ਨੂੰ ਆਪਣੇ ਘਰ 'ਚ ਲਿਜਾਣ, ਉਸ ਦਾ ਇੱਕ ਮੈਸੇਜ ਆਵੜੇ, ਜਿਹੜੀ ਮਹੱਤਤਾ ਅੱਜ ਸਾਡੀ ਯੂਥ ਦੇ ਵਿੱਚ ਹੈਗੀ ਆ ਉਸ ਨੂੰ ਇੱਕ ਪ੍ਰੇਰਣਾ ਨੂੰ ਅੱਗੇ ਲਿਜਾਈਏ। ਔਰ ਇਹ ਜਿਹੜਾ ਇੱਕ ਬੂਟੇ ਲਾਉਣ ਵਾਲਾ ਕਾਰਜ ਆ, ਇਹ ਆਪਾਂ ਵੈਸੇ ਵੀ ਅੱਜ ਦੇਖ ਰਹੇ ਹਾਂ ਵੀ ਇਹ ਸਾਡੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਸੂਬੇ ਵਿੱਚ ਸਾਰੇ ਹੀ ਬਹੁਤ ਇਹਨੂੰ ਇੱਕ ਮਹਿਮ ਨੂੰ ਲੈ ਕੇ ਚੱਲ ਰਹੇ ਨੇ। ਔਰ ਇਸੇ ਤਰ੍ਹਾਂ ਅਗਰ ਅਸੀਂ ਚੱਲੀਏ, ਸਾਨੂੰ ਵਾਕਈ ਹੀ ਆਪਣੇ ਪੰਜਾਬੀ ਸੂਬੇ 'ਤੇ ਬਚਪਨ ਤੋਂ ਹੀ ਬੜਾ ਮਾਣ ਹੈ ਵੀ ਸਾਡਾ ਸੂਬਾ ਨੰਬਰ 1 ਹੈ ਹਰ ਪੱਖੋਂ। ਇਸੇ ਤਰ੍ਹਾਂ ਇਸ ਜਿਹੜੀ ਪ੍ਰੇਰਣਾ ਨੂੰ ਮੈਂ ਕਹੂੰਗਾ, ਅੱਜ ਇੱਥੇ ਹੁਸ਼ਿਆਰਪੁਰ ਆਪਣਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਐਮੀਨੈਂਟ ਐਡੀਟਰ ਵੀ ਨੇ, ਜਰਨਲਿਸਟ ਵੀ ਨੇ, ਅਤੇ ਇਹਨਾਂ ਨੇ ਆਪਣੀ ਹੁਣੀ ਇੱਕ ਬੈਕਗਰਾਊਂਡ ਦੇ ਵਿੱਚ ਆਪਣਾ ਇੱਕ ਸਟੂਡੈਂਟ ਦਾ ਰੋਲ ਵੀ ਦੱਸਿਆ, ਸ਼੍ਰੀ ਬਲਜੀਤ ਬੱਲੀ ਜੀ, ਅਤੇ ਪੰਜਾਬ ਦੇ ਜਿਹਨੂੰ ਕਹਿੰਦੇ ਵੀ ਜਿਵੇਂ ਕਿਹਾ ਬੱਲੀ ਜੀ ਨੇ ਕਿਹਾ ਸੀਗਾ ਗੂਗਲ ਦੇ ਪੰਜਾਬੀ ਦੇ, ਮੈਂ ਕਹਿੰਦਾ ਹੁੰਦਾ ਕਿ ਚੱਲਦੀ ਫਿਰਦੀ ਜਿਹੜੀ ਡਿਕਸ਼ਨਰੀ ਆ ਪੰਜਾਬੀ ਦੀ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਇਨਸਾਈਕਲੋਪੀਡੀਆ, ਜਿਨ੍ਹਾਂ ਨੇ ਇੱਕ ਪੰਜਾਬੀ ਦਾ ਜਿਹੜਾ ਵਰਡ ਹੈ, ਚਾਹੇ ਮੈਂ ਬਲੈਤ ਤੋਂ ਪੜ੍ਹਿਆ ਜਾਂ ਇੱਥੋਂ ਪੜ੍ਹਿਆ, ਅਗਰ ਮੇਰੇ ਮੂੰਹ ਦੇ ਵਿੱਚ ਪੰਜਾਬੀ ਜਿਹਾ ਸ਼ਬਦ ਪਾਇਆ ਸਹੀ ਕਹਿਣਾ, ਔਰ ਹੁਣ ਵੀ ਕਹਿੰਦੇ ਨੇ, ਮੈਂ ਇਹਨਾਂ ਦਾ ਰਿਣੀ ਹਾਂ। ਔਰ ਖਾਸ ਕਰ ਇਸ ਚੀਜ਼ ਨੂੰ ਪਬਲਿਕ ਤਾਂ ਹੀ ਪਹੁੰਚਾਉਣਾ, ਸਮਾਜ ਦੇ ਵਿੱਚ ਪਹੁੰਚਾਉਣਾ, ਉਹ ਤੁਹਾਡਾ ਸਾਰਾ ਮੀਡੀਆ ਭਰਾਵਾਂ ਦਾ ਇੱਕ ਬਹੁਤ ਸਹਿਯੋਗ ਆ। ਲੇਕਿਨ ਮੈਨੂੰ ਇਸ ਪ੍ਰੇਰਣਾ ਦੇ ਵਿੱਚ ਲਾਉਣ ਵਾਲੇ ਸਾਡੇ ਵੱਡੇ ਭਰਾ ਨੈਸ਼ਨਲ ਫੋਟੋ ਆਰਟਿਸਟ ਸਰਦਾਰ ਤੇਜ ਪ੍ਰਤਾਪ ਸਿੰਘ ਸੰਧੂ। ਹਰਪ੍ਰੀਤ ਸੰਧੂ ਹੁਣੀ ਪਿੱਪਲ ਦਾ ਬੂਟਾ ਜਿਹੜਾ ਆ ਉਹ ਦੇਣਗੇ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ 550 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਪਰ, ਤਾਂ ਜਿਹੜੇ ਪਿੱਪਲ ਦੇ ਬੂਟੇ ਆ ਉਹ ਦੇ ਰਹੇ ਨੇ, ਕਿਉਂਕਿ ਬੂਟੇ ਦਾ ਇਸ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਆ ਅਤੇ ਸਮੇਂ ਦੀ ਲੋੜ ਹੈਗੀ ਆ। ਅਤੇ ਅੱਜ ਹਰਪ੍ਰੀਤ ਸੰਧੂ ਵੱਲੋਂ ਵੱਖ ਵੱਖ ਸ਼ਖਸੀਅਤਾਂ ਨੂੰ ਪਿੱਪਲ ਦਾ ਬੂਟਾ ਜਿਹੜਾ ਆ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਅਤੇ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।